ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਆ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਵੀ ਜਹੀ ਹੈ ਕੁਝ ਸਿੱਖਣ ਦੇ ਲਈ ਇੱਕ ਜਿਵੇਂ ਕਿ YouTube ਚੈਨਲ ਆਪਣਾ ਵੀ ਇਹਦੇ ਲਗਭਗ 76000 ਸਬਸਕ੍ਰਾਈਬਰ ਹੋ ਚੁੱਕੇ ਨੇ ਤੇ ਬਹੁਤ ਸਾਰੇ ਲੋਕ ਕਮੈਂਟ ਕਰਕੇ ਦੱਸਦੇ ਆ ਵੀ ਵੀਰ ਜੀ ਤੁਸੀਂ ਮੰਨ ਲਓ ਦੱਸੋ ਵੀ YouTube ਤੋਂ ਕਿੰਨੇ ਪੈਸੇ ਆਉਂਦੇ ਨੇ ਕਿਵੇਂ ਆਉਂਦੇ ਨੇ ਹਨਾ ਤੇ ਕਿਵੇਂ YouTube ਤੋਂ ਪੈਸਾ ਜਿਹੜਾ ਕਮਾਇਆ ਜਾ ਸਕਦਾ ਅੱਜ ਤੋਂ ਜੇਕਰ ਆਪਾਂ 2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ YouTube ਤੇ ਕੋਈ ਵੀ ਬੰਦਾ ਚੈਨਲ ਬਣਾ ਕੇ ਜਦੋਂ ਵੀਡੀਓ ਪਾਉਂਦਾ ਸੀ ਉਹ ਤੇ ਐਡ ਲੱਗ ਜਾਂਦੀ ਸੀ ਤੇ ਜਿੰਨੇ ਉਹ ਐਡਵਰਟਾਈਜ਼ਰ ਤੋਂ ਪੈਸੇ ਲੈਂਦੇ ਉਹਦਾ 55% ਕੱਟ ਕੇ ਦਿੰਦੇ ਹੈਗੇ ਭਾਵੇਂ ਜੇ ਲੱਖ ਹੈ ਤਾਂ 55000 ਕੱਟਿਆ ਜਾਂਦਾ ਉਹ ਚੋਂ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਅਪ੍ਰੈਲ 2017 ਚ ਰੂਲ ਚੇਂਜ ਕਰਤਾ ਵੀ ਘੱਟੋ ਘੱਟ 10000 ਵਿਊ ਹੋਣ ਤੇ ਫੇਰ ਉਹਦੇ ਮੰਨ ਲਓ ਵੀ ਐਡ ਲੱਗੂਗੀ ਮੇਰੇ ਚੈਨਲ ਤੇ ਉਸ ਤਰ੍ਹਾਂ ਲੱਗੀ ਸੀ ਉਦੋਂ ਮੈਂ ਬਣਾਇਆ ਸੀ ਤੇ ਹੁਣ ਕੀ ਇਹਨਾਂ ਨੇ ਰੂਲ ਕਰਤਾ ਉਦੋਂ ਅਗਲੇ ਸਾਲ 2018 ਚ ਕਿ 2.5 ਲੱਖ ਮਿੰਟ ਵਾਚ ਟਾਈਮ ਹੋਵੇ ਮੰਨ ਲਓ ਬੰਦਾ ਜਦੋਂ ਵੀਡੀਓਸ ਪਾਉਂਦਾ ਹੈ ਉਹਦੇ 2.5 ਲੱਖ ਮਿੰਟ ਲੋਕਾਂ ਨੇ ਵੀਡੀਓਸ ਦੇਖੀਆਂ ਹੁਣ ਭਾਵੇਂ ਇੱਕ ਵੀਡੀਓ ਦੇਖੀ ਹੋਵੇ ਭਾਵੇਂ ਜਿੰਨੀਆਂ ਮਰਜ਼ੀ ਹੋਣ ਉਹ ਸਾਰਿਆਂ ਦਾ 2.5 ਲੱਖ ਮਿੰਟ ਬਣਦੇ ਹੋਣ ਤੇ 1000 سبسکرਾਈਬਰ ਹੋਣਾ ਹੀ ਜ਼ਰੂਰੀ ਸੀ ਬਹੁਤ ਸਾਰੇ ਲੋਕਾਂ ਨੇ ਚੈਨਲ ਬਣਾਏ ਹੋਏ ਸੀ ਪਰ ਜਦੋਂ ਇਹ 2.5 ਲੱਖ ਮਿੰਟ ਵਾਲਾ ਰੂਲ ਕਰਤਾ ਉਦੋਂ ਉਹਨਾਂ ਨੇ ਬੰਦ ਕਰਤੇ ਕਿਉਂਕਿ ਉਹਨਾਂ ਦੇ 2.5 ਲੱਖ ਮਿੰਟ ਪੂਰੇ ਨਹੀਂ ਹੋਏ ਬਹੁਤ ਸਾਰੇ ਲੋਕ ਇਹਨੂੰ ਚੈਨਲ ਬਹੁਤ ਬਣਾਉਂਦੇ ਨੇ ਮੈਥੋਂ ਵੀ ਸਾਡੇ ਪਿੰਡ ਦੇ 2-4 ਮੁੰਡਿਆਂ ਨੇ ਜਿਹੜੇ ਜਾਣ ਪਛਾਣ ਦਾ ਚੈਨਲ ਬਣਾ ਚੈਨਲ ਬਣਾ ਠੀਕ ਹੈ ਸਾਨੂੰ ਪੈਸੇ ਹੁਣ ਬਣਵਾਏ ਪਰ ਇੱਕ ਦੋ ਵੀਡੀਓ ਪਾਈਆਂ ਇੱਥੇ ਤਾਂ ਵਿਊ ਨਹੀਂ ਆਏ ਤੇ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਨਾ 100-200 ਵਿਊ ਆਉਂਦੇ ਆ ਮਨ ਲਓ ਇੱਕ ਸਾਲ ਮੇਰੇ ਵੀ ਮੈਂ ਵੀਡੀਓ ਪਾਉਂਦਾ ਪੰਜਾਬੀ ਉਹ ਵੀ ਨਹੀਂ ਆਉਂਦੇ ਸੀਗੇ ਠੀਕ ਹੈ 10000 15000 ਸਬਸਕ੍ਰਾਈਬਰ ਹੋਏ ਸੀ ਬਹੁਤ ਮੁਸ਼ਕਲ ਨਾਲ ਤੇ ਡੇਲੀ ਦੇ 8 ਤੋਂ 8 ਤੋਂ 10 ਘੰਟੇ ਵੀ ਕੱਢਦਾ ਸੀ ਮੈਂ 4 ਤੋਂ 5 ਘੰਟੇ ਵੀ ਕੱਢਦਾ ਸੀ ਹੁਣ ਵੀ 5 ਤੋਂ 6 ਘੰਟੇ ਮੇਰੇ ਇਸ ਚੀਜ਼ ਤੇ ਨਿਕਲ ਜਾਂਦੇ ਨੇ ਪਰ ਵੀ ਮਿਹਨਤ ਜ਼ਰੂਰੀ ਹੈ ਜੇਕਰ ਤੁਸੀਂ ਆਖੋਗੇ ਅੱਜ ਇਹਦਾ ਪੈਸਾ ਆਉਣ ਲੱਗ ਜੂਗਾ YouTube ਚੈਨਲ ਬਣਾ ਲਿਆ ਪੈਸਾ ਆਉਣ ਲੱਗ ਜੂਏ ਨਹੀਂ ਹੈ ਬਾਕੀ ਇਹ ਔਖਾ ਵੀ ਕੋਈ ਨਹੀਂ YouTube ਦੇ ਜਿਹੜੇ ਤੁਸੀਂ ਜਿਹੜੇ ਨਿਯਮ ਐ ਕਾਨੂੰਨ ਐ ਉਹ ਸਾਰੇ ਜੇਕਰ ਫੋਲੋ ਕਰਦੇ ਹੋ ਸਹੀ ਤਰੀਕੇ ਨਾਲ ਚੈਨਲ ਚਲਾਉਨੇ ਹੋ ਤੇ ਇੱਕ ਸ਼ੌਂਕੀਆ ਵਜੋਂ ਚਲਾਉਨੇ ਹੋ ਤੇ ਠੀਕ ਐ ਫਿਰ ਤੁਹਾਡਾ ਚੈਨਲ ਚੱਲ ਸਕਦਾ ਹੈ ਮਿਹਨਤ ਕਰ ਸਕਦੇ ਤੁਸੀਂ ਕਿਉਂਕਿ ਅਲੱਗ-ਅਲੱਗ ਕੈਟਾਗਰੀ ਹੁੰਦੀ ਐ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਗੱਲ ਕਰਾਂਗੇ ਆਪਣਾ ਪਾਰਟ 1 ਹੈਗਾ ਤੇ ਇਹ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਚੀਜ਼ ਐ ਇਹ ਇਦੇ ਲਈ ਪਹਿਲਾਂ ਤਾਂ ਤੁਹਾਨੂੰ ਕੰਪਿਊਟਰ ਜਾਂ ਲੈਪਟਾਪ ਤੁਹਾਡੇ ਕੋਲੇ ਹੋਵੇ ਨਾ ਹੋਵੇ ਉਹ ਕੋਈ ਜ਼ਰੂਰੀ ਨਹੀਂ ਤੁਸੀਂ ਮੋਬਾਈਲ ਤੇ ਐਂਡਰੋਇਡ ਫੋਨ ਆ ਤੁਹਾਡੇ ਕੋਲੇ ਕੋਈ ਵਧੀਆ ਆਜਾਮ ਜਾਂ 6-7000 ਵਾਲਾ ਫੋਨ ਵੀ ਹੈਗਾ ਜੀ ਉਹ ਵੀ ਚੱਲ ਜੂਗਾ ਜ਼ਰੂਰੀ ਨਹੀਂ ਕਿਉਂਕਿ ਉਹਦੇ ਵੀ ਵਧੀਆ ਵੀਡੀਓ ਤੁਸੀਂ ਬਣਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਤੁਹਾਡੇ ਕੋਲੇ ਲੈਪਟਾਪ ਜਾਂ ਕੰਪਿਊਟਰ ਹੀ ਹੋਵੇ ਠੀਕ ਹੈ ਜੀ ਇਹ ਬਹੁਤ ਕੋਈ ਔਖਾ ਕੰਮ ਨਹੀਂ ਹੈਗਾ ਸੌਖਾ ਹੀ ਕੰਮ ਹੈ ਤੁਸੀਂ ਵੀਡੀਓਜ਼ ਬਣਾਉਣੀਆਂ ਕਿਸ ਟੌਪਿਕ ਨੂੰ ਲੈ ਕੇ ਬਣਾਉਣੀਆਂ ਕਿਵੇਂ ਬਣਾਉਣੀਆਂ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਹੁਣ ਤੁਹਾਨੂੰ ਇਹ ਹੀ ਦੱਸ ਸਕਦੇ ਆਂ ਬੇਟਾ 1 ਲੱਖ ਮਿੰਟ ਤੇ 1000 ਸਬਸਕ੍ਰਾਈਬਰ ਹੋਣੇ ਜ਼ਰੂਰੀ ਹੈ ਐਡ ਲੱਗਣ ਵਾਸਤੇ ਜਦੋਂ ਆਪਾਂ ਵੀਡੀਓ ਦੇਖਦੇ ਹਾਂ ਤਾਂ ਮਸ਼ਹੂਰੀ ਨਹੀਂ ਆਉਂਦੀ ਜਿਵੇਂ ਆਪਾਂ ਸਕਿਪ ਐਡ ਕਰਦੇ ਆਂ ਜਾਂ ਪੂਰੀ ਆਉਂਦੀ ਵੀਡੀਓ ਚੱਲਣ ਤੋਂ ਪਹਿਲਾਂ ਤਾਂ ਉਹਦੇ ਇੱਕ ਹਿੱਸਾ ਜਿਹਦੇ ਚੈਨਲ ਤੇ ਵੀਡੀਓ ਤੇ ਮਸ਼ਹੂਰੀ ਆਈ ਹੈ ਉਹਨੂੰ ਮਿਲਦਾ ਤੇ ਇੱਕ YouTube ਆਪ ਰੱਖਦੀ ਹੈਗੀ YouTube ਦੀ ਇਸ ਚੀਜ਼ ਤੋਂ ਕਮਾਈ ਹੁੰਦੀ ਹੈਗੀ ਤੇ ਹੋਰ ਵੀ ਜਿਵੇਂ ਫੇਸਬੁਕ ਤੇ ਵੀ ਅੱਜ ਕੱਲ ਚੱਲ ਪਿਆ ਇਹ ਉਹ ਵੀ ਪੈਸੇ ਆ ਜਿਹੜੇ ਦੇਣ ਲੱਗ ਗਏ ਲੋਕਾਂ ਨੂੰ ਮੰਨ ਲਓ ਜਿਨ੍ਹਾਂ ਦੇ ਪੇਜ ਵਗੈਰਾ ਨੇ ਤਾਂ ਇਹਦੇ ਲਈ ਤੁਸੀਂ ਆਪਣੇ ਮੋਬਾਈਲ ਤੇ ਚੈਨਲ ਬਣਾ ਸਕਦੇ ਹੋ ਸੋਨੂੰ ਕੀ ਕੀ ਲੋੜ ਹੈ ਇਹਦੇ ਲਈ ਹੁਣ ਅਸੀਂ ਇਹ ਕਿਉਂ ਕਹਿ ਰਹੇ ਆ ਵੀ ਸੋਨੂੰ ਕੰਪਿਊਟਰ ਜਾਂ ਲੈਪਟਾਪ ਦੀ ਲੋੜ ਨਹੀਂ ਤੁਸੀਂ ਫੋਨ ਤੇ ਸਾਰਾ ਕੰਮ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਆ ਸੋਨੂੰ ਅੱਗੇ ਦੱਸਦੇ ਆਂ ਕਿ ਛੋਟੀ ਜਿਹੀ ਅਸੀਂ ਵੀਡੀਓ ਬਣਾਈ ਹੈ ਸਕਰੀਨ ਦੀ ਤੇ ਜਿਵੇਂ ਕਿ Chrome browser ਮੈਨੂੰ ਵਧੀਆ ਲੱਗਦਾ ਹੈ ਕਿ ਮੈਂ ਵਧੀਆ ਮੰਨਦਾ ਸਕਿਉਰਟੀ ਵਜੋਂ Google ਦਾ browser ਹੈ ਠੀਕ ਹੈ ਉਹ ਤੁਸੀਂ ਖੋਲੋਗੇ ਨਾ ਜਦੋਂ ਤੇ ਆ ਜਦੋਂ ਤੁਸੀਂ ਉੱਪਰ ਕਲਿੱਕ ਕਰੋਗੇ ਮੰਨ ਲਓ ਤੁਸੀਂ ਕੋਈ ਵੀ ਪੇਜ ਖੋਲ ਲਿਆ ਹਾਂ ਠੀਕ ਹੈ ਇਹਦੇ ਇੱਕ ਡੈਸਕਟਾਪ ਸਾਈਟ ਨਾਲ ਦਾ ਆਪਸ਼ਨ ਆਉਂਦਾ ਹੁੰਦਾ ਹੈਗਾ ਆ ਦੇਖੋ ਮੰਨ ਲਓ ਇਹ ਡੈਸਕਟਾਪ ਨਾਲ ਦਾ ਆਪਾਂ ਘੱਟ ਤਾਂ ਪਹਿਲਾਂ ਜਿਵੇਂ ਆਪਾਂ ਮੋਬਾਈਲ ਤੇ ਖੋਲਾਂਗੇ ਤਾਂ ਐਂ ਖੁੱਲੂਗਾ ਆਮ ਪੇਜ ਤੇ ਹੁਣ ਜਦੋਂ ਆਪਾਂ ਡੈਸਕਟਾਪ ਸਾਈਟ ਕਰਾਂਗੇ ਤਾਂ ਆ ਦੇਖੋ ਇਹਦੇ ਨੀਲੇ ਟਿੱਕ ਦਾ ਹਰੇ ਅਨਿਸ਼ਾਨ ਆਜੂ ਪਹਿਲੀ ਵੀਡੀਓ ਅਸੀਂ ਪਾਈ ਸੀ ਜਿਹੜੀ ਇਸੇ ਚੀਜ਼ ਨੂੰ ਲੈ ਕੇ ਪਾਈ ਸੀ ਫਰਦ ਕੱਢਣ ਵਾਲੀ ਅੱਜ ਤੋਂ 2 ਢਾਈ ਸਾਲ ਪਹਿਲਾਂ ਤੇ ਉਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਵੱਡਾ ਪੇਜ ਭਾਵੇਂ ਕੰਪਿਊਟਰ ਵਾਲਾ ਡੈਸਕਟਾਪ ਵਾਲਾ ਪੇਜ ਖੁੱਲ ਚੁੱਕਿਆ ਹੁਣ ਮੋਬਾਈਲ ਤੇ ਤਾਂ ਇਹ ਚੀਜ਼ ਕਰਕੇ ਤੁਸੀਂ ਆਸਾਨੀ ਨਾਲ ਜਿਹੜੇ ਵੱਡੇ ਪੇਜ ਆਗੇ ਜਿਹੜੇ ਮੋਬਾਈਲ ਤੇ ਨਹੀਂ ਖੁੱਲ ਸਕਦੇ ਉਹ ਇਸ ਤਰੀਕੇ ਨਾਲ ਤੁਸੀਂ ਖੋਲ ਸਕਦੇ ਹੋ ਆਸਾਨੀ ਨਾਲ ਹੁਣ ਗੱਲ ਇਹ ਵੀ ਕੀ ਕੀ ਚਾਹੀਦਾ ਚੈਨਲ ਬਣਾਉਣ ਵਾਸਤੇ Gmail ID ਆਪਣੀ ਲਗਭਗ ਹਰ ਇੱਕ ਦੀ ਹੁੰਦੀ ਹੈਗੀ ਜਿਹੜੀ ਆਪਾਂ ਪਲੇ ਸਟੋਰ 'ਚ ਵਰਤਦੇ ਆਂਗੇ ਠੀਕ ਹੈ ਜਾਂ ਈਮੇਲ ਸੈਂਡ ਕਰਦੇ ਨਹੀਂ ਪਲੇ ਸਟੋਰ ਤੇ ਸਾਰਿਆਂ ਨੂੰ ਪਤਾ ਹੀ ਆ ਆਮ ਬੰਦੇ ਨੂੰ ਵੀ ਵੀ ਪਹਿਲਾਂ Gmail account ਉਹ ਬਹੁਤ ਆਸਾਨੀ ਨਾਲ ਬਣ ਜਾਂਦਾ ਹੈਗਾ ਤੁਸੀਂ ਫੋਲੋ ਕਰੋ ਸਟੈਪ ਬਾਈ ਸਟੈਪ ਬਣ ਜੂਗਾ ਨੰਬਰ 2 ਕੀ ਹੈ ਫੋਨ ਨੰਬਰ ਇੱਕ ਵੈਰੀਫਿਕੇਸ਼ਨ ਕੋਡ ਆਉਂਦਾ ਜਦੋਂ ਆਪਾਂ YouTube ਚੈਨਲ ਬਣਾਉਨੇ ਆ ਫੋਨ ਨੰਬਰ ਲਈ ਉਹ ਨੰਬਰ ਤੇ ਆਉਂਦਾ ਤੁਹਾਡਾ ਪਰਸਨਲ ਨੰਬਰ ਤੁਸੀਂ ਭਰਨਾ ਹੈਗਾ ਤੇ ਉਹ ਕੋਡ ਤੁਸੀਂ ਭਰੋਗੇ ਤਾਂ ਵੈਰੀਫਾਈਡ ਹੋ ਜਾਓਗੇ ਤੁਸੀਂ YouTube ਵੱਲੋਂ ਨੰਬਰ 3 ਜੀ ਬੈਂਕ ਖਾਤਾ ਤੁਹਾਡੇ ਨਾਂ ਤੇ ਬੈਂਕ ਖਾਤਾ ਹੋਵੇ ਤੁਹਾਡਾ ਆਪਦਾ ਹੋਵੇ ਜਿਹੜੇ ਨਾਂ ਤੇ ਤੁਸੀਂ YouTube ਚੈਨਲ ਬਣਾਉਣਾ ਪਹਿਲਾਂ ਨੰਬਰ 4 ਵੀਡੀਓਸ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਚੰਗੀਆਂ ਕੁਆਲਿਟੀ ਦੀਆਂ ਵਧੀਆ ਵੀਡੀਓ ਹੋਣ ਵੈਸੇ ਤਾਂ ਲੋਕ ਬਿਨਾਂ ਕੁਆਲਿਟੀ ਦੇ ਪਾਈ ਜਾਂਦੇ ਆ ਜਿਵੇਂ ਕਿ ਕੋਈ JCB 2 ਆ ਪਟ ਰਹੀ ਹੈ ਤੇ ਉਹਦੇ ਹੈਰਾਨੀ ਦੀ ਗੱਲ ਹੈ ਕਈ ਵਾਰ 40 50 ਮਿਲੀਅਨ ਵਿਊ ਵੀ ਆਮ ਹੀ ਹੋ ਜਾਂਦੇ ਆ JCB ਢੋਆ ਪਟਦੀ ਦੇ ਤੇ ਅਹੇ ਜੀਆਂ ਵੀਡੀਓ ਚੱਲੀਆਂ ਕਿ ਜਿਵੇਂ ਕਿ ਕੋਈ ਬੰਦੇ ਨੇ ਟਰੈਕਟਰ ਨਾਲ ਟਰਾਲੀ ਬਾਹਰ ਕੱਢ ਰਿਹਾ ਹੈਗਾ ਉਹਦੇ ਮੈਂ ਦੇਖੇ 44 ਮਿਲੀਅਨ ਵਿਊ ਮੰਨ ਲਓ ਵੀ ਬਹੁਤ ਜ਼ਿਆਦੇ ਪਾਣੀ ਹੈ ਝੋਨੇ ਵਾਲਾ ਬਾਹਣਾ ਠੀਕ ਹੈ ਝੋਨਾ ਵੱਡ ਕਿਲੇ ਆ ਉਹ ਤੇ ਬਹੁਤ ਜ਼ਿਆਦੇ ਪਾਣੀ ਹੈ 744 ਟਰੈਕਟਰ ਸਵਰਾਜ ਦਾ ਤੇ ਉਹਨੇ ਪਾਈ ਹੋਈ ਹੈ ਵੀਡੀਓ ਤੇ 44 ਮਿਲੀਅਨ ਵਿਊ ਬਹੁਤ ਜ਼ਿਆਦੇ ਹੁੰਦੇ ਨੇ ਦੇਖੀ ਤਾਂ ਤੇ ਇਸ ਤਰ੍ਹਾਂ ਵੀਡੀਓ ਕਈ ਆਮ ਜੀਆਂ ਵੀ ਚੱਲ ਜਾਂਦੀਆਂ ਨੇ ਬਹੁਤ ਲੋਕ ਬਲੌਗਿੰਗ ਕਰਦੇ ਆ ਹਨ ਆਪਣੀ ਪਰਸਨਲ ਰੋਜ਼ ਦੀ ਡੇਲੀ ਲਾਈਫ ਪਾਉਂਦੇ ਆ YouTube ਤੇ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਉਸ ਕਿਵੇਂ ਵੀ ਕੈਟਾਗਰੀ ਦੀਆਂ ਵੀਡੀਓ ਪਾ ਸਕਦੇ ਹੋ ਤੁਸੀਂ ਵੀਡੀਓਸ ਬਾਕੀ ਸੋਨੋ ਇਹ ਮੇਨ ਮੇਨ ਗੱਲਾਂ ਅਸੀਂ ਦੱਸਤੀਆਂ ਵੀ Gmail account ਫੋਨ ਨੰਬਰ ਬੈਂਕ account ਵੀਡੀਓਸ ਤੇ ਮੰਨ ਲਓ 55% ਕੱਟ ਕੇ YouTube ਦਿੰਦੀ ਹੈਗੀ ਠੀਕ ਹੈ ਜਿਹਦੇ ਬੰਦੇ ਦੇ ਚੰਗੇ ਵੀਡੀਓ ਤੇ ਵਿਊ ਆਉਂਦੇ ਨੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਕਿੰਨੇ ਕੁ ਪੈਸੇ ਆ ਜਾਂਦੇ ਨੇ ਇਹ ਤੁਸੀਂ ਅਗਲੀ ਵੀਡੀਓ ਆਪਾਂ ਹੁਣ ਪਾਵਾਂਗੇ ਉਹਦੇ ਵਿੱਚ ਪੂਰੀ ਡਿਟੇਲ ਜੀ ਦੱਸਾਂਗੇ ਵੈਸੇ YouTube ਦਾ ਜਿਹੜਾ ਨਿਯਮ ਹੈ ਉਹ ਇਹ ਹੈ ਵੀ ਕੋਈ ਵੀ YouTuber ਆਪਣੀ ਕਮਾਈ ਨਹੀਂ ਦੱਸ ਸਕਦਾ YouTube ਤੇ ਵੈਸੇ ਇੱਕ ਦੋ ਚੈਨਲ ਜਿਵੇਂ ਮਾਈ ਸਮਾਰਟ स्पोर्ट ਤੇ ਹੋਰ ਕਈ ਚੈਨਲ ਦੱਸ ਦਿੰਦੇ ਨੇ ਤੇ ਪਰ ਜ਼ਿਆਦਾ ਸਾਰੇ ਨਹੀਂ ਦੱਸਦੇ ਜਿਵੇਂ ਕਿ ਹੁਣ ਮੰਨ ਲਓ ਟੈਕਨੀਕਲ ਗੁਰੂ ਜੀ ਤੁਸੀਂ ਸੁਣਿਆ ਹੋਊਗਾ ਉਹਦੇ ਬੰਦੇ ਦੇ 14 ਮਿਲੀਅਨ ਵਿਊ ਹੋ ਗਏ ਲਗਭਗ ਆ ਮੰਨ ਲਓ ਸੌਰੀ 14 ਮਿਲੀਅਨ ਵਿਊ ਨਹੀਂ 14 ਮਿਲੀਅਨ ਸਬਸਕ੍ਰਾਈਬਰ ਹੋ ਗਏ ਤੇ ਦੇਖ ਲਓ 1 ਮਿਲੀਅਨ 'ਚ 10 ਲੱਖ ਹੁੰਦੇ ਹੈਗੇ ਤਾਂ 14 ਮਿਲੀਅਨ ਉਹਦੇ ਹੋਗੇ ਤੇ ਉਹ ਬੰਦੇ ਨੂੰ ਜਦੋਂ ਬਹੁਤ ਸਾਰੇ ਲੋਕ ਕਮੈਂਟ ਕਰਦੇ ਉਹ ਬੰਦੇ ਨੇ ਉਸ ਤੋਂ ਬਾਅਦ ਹੋਰ ਵੀ ਗੌਰਵ ਚੌਧਰੀ ਨਾਂ ਦਾ ਵੀ ਚੈਨਲ ਬਣਾਇਆ ਠੀਕ ਹੈ ਉਹ ਵੀ ਉਹਦਾ ਚੰਗਾ ਚੱਲ ਰਿਹਾ ਹੈ ਕਈ ਮਿਲੀਅਨ ਸਬਸਕ੍ਰਾਈਬਰ ਉਹਦੇ ਵੀ ਹੋ ਗਏ ਤੇ ਉਹਨੂੰ ਜਦੋਂ ਪੁੱਛਿਆ ਕਿ ਕਿੰਨੀ ਕਮਾਈ ਉਹ ਕਹਿੰਦਾ ਮੈਂ ਉਹ ਤਾਂ ਦੱਸ ਨਹੀਂ ਸਕਦਾ YouTube ਤੇ ਪਰ ਮੰਨ ਲਓ ਇਹ ਗੱਲ ਉਹਨੇ ਉਦੋਂ ਦੇ 7-8 ਮਿਲੀਅਨ ਸਬਸਕ੍ਰਾਈਬਰ ਸੀਗੇ ਉਦੋਂ ਦੱਸੀ ਸੀ ਕਹਿੰਦਾ ਵੀ ਮੰਨ ਲਓ ਮੈਨੂੰ ਇੰਨੇ ਕ ਪੈਸੇ ਆ ਜਾਂਦੇ YouTube ਵੱਲੋਂ ਵੀ ਮੈਂ ਆਏ ਮਹੀਨੇ ਇੱਕ ਆਲਟੋ ਕਾਰ ਲੈ ਲਾਂ ਭਾਵੇਂ ਬੰਦੇ ਨੇ ਦੱਸਿਆ ਵੀ ਤਿੰਨ ਤੋਂ 4 ਲੱਖ ਰੁਪਇਆ ਆਉਂਦਾ ਤੇ ਪਰ ਵੀ ਹੋਰ ਵੀ ਬਹੁਤ ਸਾਰੇ ਯੂਟਿਊਬਰ ਨੇ ਉਹਨਾਂ ਨੂੰ ਵੀ ਚੰਗੇ ਪੈਸੇ ਆਉਂਦੇ ਹੈਗੇ ਪਰ ਜਿਵੇਂ ਟੈਕਨੀਕਲ ਗੁਰੂ ਜੀ ਉਹਨਾਂ ਤਾਂ ਹੋਰ ਵੀ ਮੰਨ ਲਓ ਫੋਨਾਫਾਨਾ ਦੀ ਵੀਡੀਓ ਪਾਉਣ ਦੀ ਹੋਰ ਸਪਾਂਸਰਸ਼ਿਪ ਵੀ ਮਿਲਦੀ ਰਹਿੰਦੀ ਹੈ ਨਾ ਜਿਹੜੇ ਵੱਡੇ ਯੂਟਿਊਬਰ ਹਨ ਉਹਨਾਂ ਨੂੰ ਕੰਪਨੀਆਂ ਵੀ ਪੈਸੇ ਦਿੰਦੀਆਂ ਪ੍ਰੋਮੋਸ਼ਨ ਲਈ ਵੀ ਤੁਸੀਂ ਸਾਡੀ ਆ ਐਡ ਕਰ ਦਿਓ ਅਸੀਂ ਥੋੜ ਨੂੰ ਪੈਸੇ ਦੇਵਾਂਗੇ 10000 20000 50000 ਇਸ ਤਰ੍ਹਾਂ ਬਹੁਤ ਸਾਰੇ ਕੰਪਨੀਆਂ ਐਪਾਂ ਵਾਲੀਆਂ ਉਹ ਮਸ਼ਹੂਰੀ ਕਰਵਾਉਂਦੀਆਂ ਕੋਈ ਹੋਰ ਕੰਪਨੀਆਂ ਨਾ ਉਹਦੇ ਜਿਵੇਂ ਚੈਨਲ ਜਿਹੜੇ ਚੀਜ਼ ਨਾਲ ਰਿਲੇਟਡ ਹੁੰਦਾ ਲਗਭਗ ਉਸੇ ਤਰ੍ਹਾਂ ਦੀ ਹੀ ਐਡ ਆਉਂਦੀ ਹੈ ਚੈਨਲ ਤੇ ਬਹੁਤ ਵਾਰ ਤਾਂ ਜਿਵੇਂ ਕਿ ਟੈਕਨੀਕਲ குரு ਜੀ ਤੁਸੀਂ ਦੇਖਿਆ ਉਹ ਉਹਦੇ ਚੈਨਲ ਤੇ ਜ਼ਿਆਦਾ ਮਸ਼ਹੂਰੀ ਮੋਬਾਈਲਾਂ ਦੀ ਆਉਂਦੀ ਹੈ ਐਡ ਜਿਹੜੀ ਆਉਂਦੀ ਹੈ ਠੀਕ ਹੈ ਹੋਰ ਬਹੁਤ ਸਾਰੇ ਚੈਨਲ ਨੇ ਕੋਈ ਖੇਤੀ ਵਾਲਾ ਚੈਨਲ ਉਹ ਤੇ ਖੇਤੀ ਦੇ ਪ੍ਰੋਡਕਟਾਂ ਦੀ ਮਸ਼ਹੂਰੀ ਆਉਂਦੀ ਹੈ ਤਾਂ ਇਸ ਤਰ੍ਹਾਂ ਬਹੁਤ ਸਾਰੇ ਪ੍ਰੋਡਕਟਾਂ ਦੀਆਂ ਇਹ ਆਉਂਦੀਆਂ ਰਹਿੰਦੀਆਂ ਨੇ ਤੇ ਕੰਪਨੀਆਂ ਐਡ ਕਰਵਾਉਂਦੀਆਂ ਕੰਪਨੀ ਵੀ ਜਿਵੇਂ ਜੇਕਰ ਉਹ ਟੀਵੀ ਤੇ ਮਸ਼ਹੂਰੀ ਕਰਵਾਉਂਦੇ ਨੇ ਐਡ ਕਰਵਾਉਂਦੇ ਨੇ ਠੀਕ ਹੈ ਉਹ ਤੋਂ ਉਹਨਾਂ ਦੇ ਹੋ ਸਕਦਾ ਜੇ ਇੱਕ ਉਹ ਟਾਈਮ ਇੱਕ ਚੈਨਲ ਨੂੰ 10 ਲੱਖ ਲੋਕ ਦੇਖ ਰਹੇ ਆ ਹੋ ਸਕਦਾ 8 ਲੱਖ ਲੋਕ ਹੀ ਦੇਖ ਰਹੇ ਹੋਣ ਜਦੋਂ ਮਸ਼ਹੂਰੀ ਕਰਵਾਉਣ ਤੇ ਪਰ YouTube ਤੇ ਜਿਹੜੀ ਜਿੰਨੇ ਮੰਨ ਲਓ ਲੋਕਾਂ ਨੇ ਵੀਡੀਓ ਦੇਖੀ ਐ ਜਿਵੇਂ ਉਹਨਾਂ ਨੇ ਜਿੰਨੇ ਦੇ ਪੈਸੇ ਦਿੱਤੇ ਉਹਨਾਂ ਦੀ ਵੀਡੀਓ ਮੰਨ ਲਓ ਉਹਨਾਂ ਦੀ ਐਡ ਦੀ ਮਸ਼ਹੂਰੀ ਹੋਊਗੀ ਹੋਗੀ ਇਸ ਲਈ ਤੇ ਇੱਕ ਬਹੁਤ ਜ਼ਿਆਦਾ ਐਡ ਦਾ ਤੇ ਬਾਕੀ ਚੈਨਲ ਤੁਸੀਂ ਜੇਕਰ ਸਹੀ ਅਸਲੀ ਤਰੀਕੇ ਨਾਲ ਸ਼ੌਂਕੀਆ ਤੌਰ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਚ ਚੰਗੀ ਕਮਾਈ ਵੀ ਹੈ ਇਹ ਜੇ ਕੈਰੀਅਰ ਆਪਸ਼ਨ ਤਾਂ ਮੈਂ ਨਹੀਂ ਕਹਾਗਾ ਇਹ ਜੇ ਕੈਰੀਅਰ ਆਪਸ਼ਨ ਤੁਸੀਂ ਨਾ ਯੂਜ਼ ਕਰੋ ਪਰ ਜੇਕਰ ਤੁਸੀਂ ਪਾਰਟ ਟਾਈਮ ਲਈ ਸੋਚ ਰਹੇ ਹੋ ਤਾਂ YouTube ਇੱਕ ਵਧੀਆ ਆਪਸ਼ਨ ਹੈ ਕਿਉਂਕਿ ਇਹ ਇੱਕ ਦਿਨ ਚ ਤੁਸੀਂ ਇਹਤੇ ਕੋਈ ਮਹਾਨ ਨਹੀਂ ਬਣ ਲੱਗੇ ਜਾਂ ਇੱਕ ਦਿਨ ਚ ਤੁਹਾਨੂੰ ਪੈਸਾ ਨਹੀਂ ਆਉਣ ਲੱਗੇ ਇਹਦੇ 5 ਸਾਲ ਵੀ ਲੱਗ ਸਕਦੇ 4 3 2 ਕਿੰਨੇ ਵੀ ਲੱਗ ਸਕਦੇ ਨੇ ਮੰਨ ਲਓ ਪਹਿਲੇ ਮੇਰੇ 1 ਸਾਲ ਚ ਲਗਭਗ ਸਾਰੇ ਪੂਰੇ ਇੱਕ ਸਾਲ ਚ 10000 ਪਲੱਸ ਕੁਝ ਸਬਸਕ੍ਰਾਈਬਰ ਹੋਏ ਸੀਗੇ ਮੰਨ ਲਓ ਸਹੀ ਇੱਕ ਸਾਲ ਦੋ ਦਿਨ ਮਹੀਨਿਆਂ ਚ ਤੇ 10000 ਸੀ ਦੋ ਸਾਲ ਪੂਰੇ ਜਦੋਂ ਦੋ ਸਾਲ ਹੋ ਗਏ ਸੀ ਚੈਨਲ ਨੂੰ ਉਦੋਂ ਮੇਰੇ 20000 ਸਬਸਕ੍ਰਾਈਬਰ ਸੀ ਪਰ 6 ਮਹੀਨਿਆਂ ਚ ਲਗਭਗ 50 55000 ਸਬਸਕ੍ਰਾਈਬਰ ਹੋਰ ਆ ਗਏ ਤਾਂ ਬਈ ਨਹੀਂ ਕਹਿ ਸਕਦੇ 20 ਤੇ ਕਦੋਂ ਸੋਡੀ ਵੀਡੀਓ ਚੱਲੂਗੀ ਜਾਂ ਕਦੋਂ ਤੁਹਾਡੇ ਸਬਸਕ੍ਰਾਈਬਰ ਵਧਣਗੇ ਜਿਵੇਂ ਮੈਂ ਪਹਿਲੇ 2 ਸਾਲਾਂ ਚ ਛੱਡ ਦਿੰਦਾ ਮੇਰੇ ਤਾਂ ਸਿਰਫ 20000 ਸਬਸਕ੍ਰਾਈਬਰ ਹੀ ਹੋਏ ਆ ਹਨ ਤੇ ਵੀ ਇਸ ਹਿਸਾਬ ਨਾਲ ਤਾਂ ਮੇਰੇ 10 ਸਾਲਾਂ ਚ 1 ਲੱਖ ਸਬਸਕ੍ਰਾਈਬਰ ਹੋਣਗੇ ਤਾਂ ਮੈਂ ਛੱਡ ਵੀ ਸਕਦਾ ਸੀ ਪਰ ਮੈਂ ਸ਼ੌਂਕੀਆ ਤੌਰ ਤੇ ਸ਼ੁਰੂ ਕੀਤਾ ਸੀ ਮੈਨੂੰ ਇੱਕ ਪਹਿਲਾਂ ਤੋਂ ਲੱਗਦਾ ਸੀ ਮੈਂ ਇਸ ਤਰ੍ਹਾਂ ਚੈਨਲ ਬਣਾਵਾਂ ਹਨ ਪਰ ਮੇਰੇ 6 ਮਹੀਨਿਆਂ ਚ 55000 ਪਲੱਸ ਹੋ ਗਏ ਹੁਣ 76000 ਹੋ ਸਕਦਾ ਹੁਣ ਮਹੀਨੇ ਚ 1 ਲੱਖ ਹੋ ਜਾਣ ਜਾਂ ਹੋ ਸਕਦਾ 1 ਲੱਖ ਹੋਣ ਤੇ ਸਾਲ ਲੱਗ ਜੇ ਹਨਾ ਤਾਂ ਉਹਦੇ ਬਾਰੇ ਨੇ ਆਪਾਂ ਕੁਝ ਕਹਿ ਸਕਦੇ ਤੁਸੀਂ ਇਮਾਨਦਾਰੀ ਨਾਲ ਆਪਣੀਆਂ ਵਧੀਆ-ਵਧੀਆ ਵੀਡੀਓਜ਼ ਬਣਾ ਕੇ ਪਾਉਂਦੇ ਰਹੋ ਤਾਂ YouTube ਤੇ ਵਧੀਆ ਸਕੋਪ ਹੈਗਾ ਚੰਗੇ ਪੈਸੇ ਬਣ ਜਾਂਦੇ ਆ ਜਿਹਦੇ ਨਾਲ ਤੁਹਾਡਾ ਵਧੀਆ ਜੇਬ ਖਰਚ ਚੱਲ ਸਕਦਾ ਹੈਗਾ ਬਾਕੀ ਇਹਨੂੰ ਜਦੋਂ ਬੰਦੇ ਦੇ ਚੰਗੇ ਸਬਸਕ੍ਰਾਈਬਰ ਹੋ ਜਾਣ 2 ਲੱਖ 4 ਲੱਖ ਤਾਂ ਇਹਨੂੰ ਆਪਾਂ ਐਜੇ ਕੈਰੀਅਰ ਆਪਸ਼ਨ ਵੀ ਵਰਤ ਸਕਦੇ ਆ ਜਿਹੜੇ ਬੰਦੇ ਪ੍ਰਾਈਵੇਟ ਜੌਬ ਕਰਦੇ 10 ਜਾਂ 15000 ਵਾਲੀ ਉਹ ਤੋਂ ਹੀ ਕਾਫੀ ਚੰਗਾ ਹੈਗਾ ਦੇ ਉਦੋਂ ਵੱਧ ਪੈਸੇ ਤੇ ਬਣ ਸਕਦੇ ਨੇ ਉਹ ਉਦੋਂ ਬਣਨਗੇ ਜਦੋਂ ਤੁਹਾਡੇ ਐਡ ਲੱਗੀ ਨੂੰ ਕਾਫੀ ਟਾਈਮ ਹੋ ਗਿਆ ਚੰਗੀ ਸੋਨੂੰ ਇਨਕਮ ਆ ਰਹੀ ਹੈ ਤੁਸੀਂ ਲਗਾਤਾਰ ਵੀਡੀਓਸ ਪਾ ਰਹੇ ਹੋ ਸਬਸਕ੍ਰਾਈਬਰ ਤੁਹਾਡੇ ਚੰਗੇ ਹੋ ਗਏ 50000 ਪਲੱਸ ਉਦੋਂ ਆਪਾਂ ਗੱਲ ਕਰ ਰਹੇ ਹਾਂ ਵੀ ਤੁਹਾਨੂੰ ਵਧੀਆ ਜੀਬ ਖਰਚ ਤੁਹਾਡਾ ਚੱਲ ਸਕਦਾ ਬਾਕੀ ਸ਼ੌਂਕੀਆ ਤੌਰ ਤੇ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਬਹੁਤ ਆਸਾਨ ਆ ਬਹੁਤ ਵਧੀਆ ਠੀਕ ਹੈ ਸੋਨੂੰ ਸਟ੍ਰਾਈਕਾਂ ਵਗੈਰਾ ਬਾਰੇ ਵੀ ਦੱਸਾਂਗੇ ਵੀ ਕੀ ਇਹਦੇ ਕਾਨੂੰਨ ਨੇ ਕੀ ਨਿਯਮ ਨੇ ਠੀਕ ਹੈ ਵੀ ਵੈਸੇ ਤਾਂ ਹੁਣ ਕੋਈ ਬੰਦਾ ਮੰਨ ਲਓ ਸੌਂਗ ਰਿਲੀਜ਼ ਹੋਇਆ ਉਹ ਚੱਕ ਕੇ ਪਾਤਾ ਫਿਰ ਤਾਂ ਉਹਦਾ ਗਲਤੀ ਹੋ ਜਾਂਦਾ ਕੰਮ ਤੇ ਉਹ ਸਟ੍ਰਾਈਕਾਂ ਵਗੈਰਾ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਚੈਨਲ ਬੰਦ ਵੀ ਹੋ ਸਕਦਾ ਹਮੇਸ਼ਾ ਲਈ ਤੇ ਉਹ ਕਾਨੂੰਨ ਜਿਹੜੇ ਵੀ ਤੁਸੀਂ ਨਹੀਂ ਇਹਦੇ ਉਲੰਘਣਾ ਕਰ ਸਕਦੇ ਹੋ ਵੀ ਦੱਸਾਂਗੇ ਪਹਿਲੀ ਸਾਨੂੰ ਇਹ ਆਮ ਜੀ ਜਾਣਕਾਰੀ ਦੇ ਦਿੱਤੀ ਵੀ ਐਸ ਹਿਸਾਬ ਦਾ ਹੀ ਤਰੀਕਾ ਹੁੰਦਾ ਸੌਖਾ ਸਿਸਟਮਾ ਕੋਈ ਔਖਾ ਨਹੀਂ ਸਿੱਧਾ ਬੈਂਕ ਖਾਤੇ ਨਾਲ ਜੁੜ ਜਾਂਦਾ ਹਰ ਮਹੀਨੇ ਦੀ 21 ਤੋਂ 25-26 ਤਰੀਕ ਤੱਕ ਇਹਦੀ ਪੇਮੈਂਟ ਆਉਂਦੀ ਹੈ ਇੱਕ ਆਏ ਮਹੀਨੇ ਦੀ ਮੰਨ ਲਓ ਆਜੋ ਮਹੀਨਾ ਚੱਲ ਰਿਹਾ ਹੈ ਇਹ ਮਹੀਨੇ ਦੇ ਪੈਸੇ 21 ਤੋਂ 25-26 ਤਰੀਕ ਤੱਕ ਆ ਜਾਂਦੇ ਨੇ ਬੈਂਕ ਅਕਾਊਂਟ 'ਚ ਤੇ ਇਹ ਪਹਿਲਾਂ ਇਹਨਾਂ ਦੀ ਅਮਰੀਕਾ ਦੀ ਕੋਈ ਬੈਂਕ ਤੋਂ ਆਉਂਦੀ ਸੀ ਹੁਣ ਸਿੰਗਾਪੁਰ ਤੋਂ ਆਉਂਦੇ Google Asia ਤੋਂ ਤੇ ਬਾਕੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਜ਼ਰੂਰ ਕਰ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੇ ਕੰਮ ਦੀਆਂ ਵੀਡੀਓਜ਼ ਆਉਂਦੀਆਂ ਰਹਿਣੀਆਂ ਨੇ ਹੋਰ ਵੀ ਬਹੁਤ ਸਾਰੀਆਂ Facebook ਤੋਂ ਕਿਵੇਂ ਪੈਸਾ ਕਮਾ ਰਹੇ ਆ ਲੋਕੋ ਵੀ ਆਪਾਂ ਵੀਡੀਓਸ ਪਾਵਾਂਗੇ ਠੀਕ ਹੈ ਇਹ ਬਹੁਤ ਖੁੱਲੀ ਖੇਡ ਹੈ ਪੈਸਿਆਂ ਵਾਲੀ ਇਹਦੇ ਵਿੱਚ ਜੇਕਰ ਤੁਸੀਂ ਮਿਹਨਤ ਨਾਲ ਕੰਮ ਕਰੋਗੇ ਤੇ ਬਾਕੀ ਕੋਈ ਸਵਾਲ ਆ ਤੁਹਾਡੇ ਸ਼ੰਕਾ ਮਨ ਦੇ ਵਿੱਚ ਠੀਕ ਹੈ ਉਹ ਕਮੈਂਟ ਕਰੋ ਤੁਸੀਂ ਬੇਚੇਜ ਕੋ ਹੋ ਕੇ ਤੁਸੀਂ ਕਮੈਂਟ ਕਰੋ ਕੁਝ ਵੀ ਪੁੱਛਣਾ ਪੁੱਛੋ ਜਰੂਰ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਪਾਰਟ 1 ਹੈ YouTube ਚੈਨਲ ਨਾਲ ਸੰਬੰਧਿਤ ਅਸੀਂ ਲਗਭਗ 10 ਪਲੱਸ ਵੀਡੀਓ ਪਾਵਾਂਗੇ 10 ਕਿਤਾਬ ਪਾਵਾਂਗੇ ਵੀ 10-10 ਮਿੰਟਾਂ ਦੀਆਂ 10 ਹੋ ਗਈਆਂ ਲਗਭਗ ਡੇਢ ਘੰਟਾ ਹੋ ਗਿਆ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਵੀਡੀਓ ਦੇਖਣ ਲਈ ਧੰਨਵਾਦ ਜੀ